ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਦੇ ਬਸਤੀ ਸ਼ੇਖ ਵਿੱਚ ਰਹਿਣ ਵਾਲੇ ਆਟੋ ਚਾਲਕ ਲੱਕੀ ਵਿੱਕੀ ਅਤੇ ਉਸਦੇ ਦੋਸਤ ਸੋਨੂੰ ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਥਾਣਾ 5 ਦੀ ਪੁਲਿਸ ਨੇ ਲਾਟਰੀ ਦੀ ਦੁਕਾਨ ਚਲਾਉਣ ਵਾਲੇ ਸਕੇ ਭਰਾ ਚੋਟਾ ਅਤੇ ਸ਼ੇਰੂ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SHO ਨਿਰਮਲ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਬਸਤੀ ਸ਼ੇਖ ਕੋਲ ਸਥਿਤ ਪ੍ਰਮੋਦ ਕਰਿਆਨਾ ਸਟੋਰ ਦੇ ਨਾਲ ਰਹਿਣ ਵਾਲੇ ਆਟੋ ਚਾਲਕ ਲੱਕੀ ਅਤੇ ਸੋਨੂੰ ਨੇ ਮੁਹੱਲੇ ਵਿੱਚ ਲਲਕਾਰੇ ਮਾਰਨ ਵਾਲੇ ਸ਼ੇਰੂ ਅਤੇ ਚੋਟਾ ਨੂੰ ਰੋਕਿਆ ਸੀ, ਜਿਸ ਕਰਕੇ ਉਹਨਾਂ ਨੇ ਸਾਥੀਆਂ ਨਾਲ ਮਿਲ ਕੇ ਦਾਤਰ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਆਟੋ ਚਾਲਕਾਂ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਬਸਤੀ ਇਲਾਕੇ ਵਿੱਚ ਲਾਟਰੀ ਦਾ ਕੰਮ ਕਰਨ ਵਾਲੇ ਮੁਲਜ਼ਮ ਦਮਨ ਕਲਿਆਣ ਉਰਫ ਸ਼ੇਰੂ ਅਤੇ ਉਸਦੇ ਸਕੇ ਭਰਾ ਸੁਨੀਲ ਕਲਿਆਣ ਉਰਫ ਚੋਟਾ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਵਿੱਕੀ ਦਾ ਮੋਬਾਈਲ ਵੀ ਲੁੱਟਿਆ ਸੀ, ਜੋ ਕਿ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਆਰੋਪੀਆਂ ਦਾ ਉਹਨਾਂ ਦੇ ਮੁਹੱਲੇ 'ਚ ਰਿਕਾਰਡ ਵੀ ਕੁਝ ਖਾਸ ਚੰਗਾ ਨਹੀਂ ਹੈ। ਗੁਲਾਬੀਆਂ ਮਹੱਲੇ ਦੇ ਵਿੱਚ ਕੁਛ ਗੁੰਡਾ ਅਨਸਰਾਂ ਨੇ ਜਿਹੜੀ ਹੈਗੀ ਹੈ ਗੁੰਡਾਗਰਦੀ ਕੀਤੀ ਸੀ, ਜਿਹਦੇ ਵਿੱਚ ਇਹਨਾਂ ਲੋਕਾਂ ਨੇ 2 ਵਿੱਕੀ ਔਰ ਸੋਨੂੰ ਨਾਮ ਦੇ ਮੁੰਡੇ ਦੀ ਕੁੱਟਮਾਰ ਕੀਤੀ ਸੀ, ਅਤੇ ਜਿਹਦੇ ਕਰਕੇ ਮਹੱਲੇ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਦਹਿਸ਼ਤ ਦਾ ਮਾਹੌਲ ਸੀ। ਤੋ ਸੋਨੂੰ ਔਰ ਵਿੱਕੀ ਨੂੰ ਜਿਹੜਾ ਹੈਗਾ ਸੱਟਾਂ ਲੱਗੀਆਂ ਸੀਗੀਆਂ। ਵਿੱਕੀ ਦੇ ਬਿਆਨ ਦੇ ਉੱਤੇ ਪੁਲਿਸ ਵੱਲੋਂ ਦੋਸ਼ੀ ਜਿਹੜੇ ਹੈਗੇ ਬਾਅਦ ਦੇ ਵਿੱਚ ਆਈਡੈਂਟੀਫਾਈ ਹੋਏ ਸੀਗੇ, ਇੱਕ ਤਾਂ ਸ਼ੇਰੂ ਸੀ ਅਤੇ ਦੂਸਰਾ ਝੋਟਾ ਨਾਮ ਦਾ ਬੰਦਾ ਸੀ। ਇਹਨਾਂ ਦੇ ਨਾਮ ਦੇ ਉੱਤੇ ਜਿਹੜੀ FIR ਦਾ ਰਜਿਸਟਰ ਹੋਈ ਸੀ। ਤੋ ਇਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੇ ਇਹਨਾਂ ਦੋਨਾਂ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਹੈਗਾ, ਅਤੇ ਜਿਹੜਾ ਇਹਨਾਂ ਨੇ ਇਸ ਗੁੰਡਾਗਰਦੀ ਵਿੱਚ ਹਥਿਆਰਾਂ ਦੇ ਨਾਲ ਵਿੱਕੀ ਵਗੈਰਾ ਦੇ ਸੱਟਾਂ ਮਾਰੀਆਂ ਸੀ, ਉਹ ਦੋਨੋਂ ਹਥਿਆਰ ਅਸੀਂ ਬਰਾਮਦ ਕਰ ਲਏ ਆ। ਅਤੇ ਜਾਂਦੇ ਹੋਏ ਜਿਹੜਾ ਇਹ ਸੋਨੂੰ ਦਾ ਜਿਹੜਾ ਹੈਗਾ ਮੋਬਾਈਲ ਫੋਨ ਵੀ ਖੋ ਕੇ ਲੈ ਗਏ ਸੀਗੇ, ਜਿਹੜਾ ਕਿ ਮੋਬਾਈਲ ਫੋਨ ਓਪੋ ਦਾ ਅਸੀਂ ਬਰਾਮਦ ਕਰ ਉਹ ਵੀ ਉਹਨਾਂ ਤੋਂ ਬਰਾਮਦ ਅਸੀਂ ਕਰ ਲਿਆ ਹੈਗਾ। ਅਤੇ ਫਿਲਹਾਲ ਇਹਨਾਂ ਦੋਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਪੁੱਛਗਿੱਛ ਜਾ ਰਹੀ ਹੈ, ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਸਮਾਨ ਲਿਆ। ਸਰ ਇਹਨਾਂ ਦਾ ਕੋਈ ਪਹਿਲਾਂ ਮੁਕੱਦਮਾ ਕੋਈ ਲੜਾਈ ਝਗੜਾ ਜਾਂ ਕੋਈ ਵਗੈਰਾ ਦਾ? ਪਹਿਲਾਂ ਦਾ ਅਜੇ ਤੱਕ ਜੋ ਹੁਣ ਅਸੀਂ ਤੱਕ ਵੇਰੀਫਾਈ ਕੀਤਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਅਜੇ ਤੱਕ, ਲੇਕਿਨ ਇੰਨਾ ਜ਼ਰੂਰ ਸੁਣਨ ਦੇ ਵਿੱਚ ਆਇਆ ਕਿ ਇਹ ਜਿਹੜੇ ਦੋਨੇ ਬੰਦੇ ਹੈਗੇ ਨੇ ਮਾੜੇ ਕਿਰਦਾਰ ਦੇ ਨੇ ਅਤੇ ਮਹੱਲੇ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਮਾੜਾ ਮਾਹੌਲ ਕ੍ਰੀਏਟ ਕਰਦੇ ਹੈਗੇ ਨੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।